ਬਜ਼ੁਰਗਾਂ ਇਹ ਤੁਹਾਡੀ ਕਾਮਯਾਬ ਸ਼ਾਦੀਸ਼ੁਦਾ ਜ਼ਿੰਦਗੀ ਦਾ ਰਾਜ਼ ਕੀ ਹੈ? ਉਹ ਪੁੱਤਰ, ਮੇਰੀ ਸ਼ਾਦੀ ਦੇ ਪਹਿਲੇ ਦਿਨ ਹੀ ਮੈਂ ਆਪਣੀ ਬੀਵੀ ਨਾਲ ਇੱਕ ਵਾਅਦਾ ਲਿਆ ਸੀ ਕਿ ਜਦੋਂ ਮੈਨੂੰ ਵੇਖਿਆ ਗੁੱਸਾ ਜ਼ਿਆਦਾ ਆਇਆ, ਤੂੰ ਚੁੱਪ ਕਰਕੇ ਤੇ ਕਿਚਨ 'ਚ ਚਲੀ ਜਾਈ, ਤੇ ਜਦੋਂ ਮੈਂ ਵੇਖਾਂਗਾ ਤੈਨੂੰ ਗੁੱਸਾ ਆਇਆ ਮੈਂ ਛੱਤ 'ਤੇ ਚਲਾ ਜਾਵਾਂਗਾ। ਅਲਹਮਦੁਲਿਲਾ, ਸਾਡੇ ਅੱਜ ਤੱਕ ਆਪਸ 30 ਸਾਲ ਹੀ ਲੜਾਈ ਨਹੀਂ ਹੋਈ, ਕਿਉਂਕਿ 30 ਸਾਲ ਤੋਂ ਮੈਂ ਛੱਤ 'ਤੇ ਹੀ ਹਾਂ।